ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਮੋਰਚਾ ਖੋਲਿਆ। ਡੀਸੀ ਦਫ਼ਤਰ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆਂ ਨੇ ਕਿਹਾ ਕਿ ਇਸ ਵਕਤ ਪੈਟਰੋਲ ਦੀ ਕੀਮਤ 101 ਰੁਪਏ ਹੋ ਚੁੱਕੀ ਹੈ ਤੇ ਡੀਜ਼ਲ ਦੀ ਕੀਮਤ 92 ਰੁਪਏ ਤੱਕ ਪਹੁੰਚ ਚੁੱਕੀ ਹੈ ਅਤੇ ਰਸੋਈ ਗੈਸ ਜੋ ਕਿ ਪਹਿਲਾਂ 350 ਰੁਪਏ ਵਿੱਚ ਮਿਲਦੀ ਸੀ ਪਰ ਹੁਣ ਉਸ ਦੀ ਕੀਮਤ 880 ਰੁਪਏ ਪ੍ਰਤੀ ਸਿਲੰਡਰ ਹੋ ਚੁੱਕੀ ਹੈ। ਇਸ ਦੀ ਜ਼ਿੰਮੇਵਾਰ ਸਿਰਫ ਅਤੇ ਸਿਰਫ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਹਨਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਸਰੇ ਬਦਲ ਨੂੰ ਹਮਾਇਤ ਕਰਨ ਤਾਂ ਜੋ ਪੰਜਾਬ ਨੂੰ ਇਸ ਲੁੱਟ ਤੋਂ ਬਚਾਇਆ ਜਾ ਸਕੇ। ਇਸ ਮੌਕੇ ਆਗੂਆਂ ਨੇ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਰਾਜਨੀਤਿਕ ਪਾਰਟੀਆਂ 'ਤੇ ਵੀ ਨਿਸ਼ਾਨੇ ਸਾਧੇ ਅਤੇ ਕਿਹਾ ਕਿ 300 ਯੂਨਿਟ ਬਿਜਲੀ ਮੁਫ਼ਤ ਅਤੇ ਰਾਸ਼ਨ ਮੁਫ਼ਤ ਦੇਣ ਦੀ ਬਜਾਏ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਕਿਹਾ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਵੀ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਦਾਰ ਸੁਖਦੇਵ ਸਿੰਘ ਜੀ ਢੀਂਡਸਾ ਦੇ ਦਿਸ਼ਾ ਨਿਰਦੇਸ਼ 'ਤੇ ਸਾਰੇ ਹੀ ਪੰਜਾਬ 'ਚ ਜ਼ਿਲ੍ਹਾ ਪੱਧਰ 'ਤੇ ਡੀਸੀ ਦਫ਼ਤਰ ਅੱਗੇ ਧਰਨੇ ਦਿੱਤੇ ਗਏ ਨੇ। ਇਹ ਧਰਨੇ ਜਿਹੜੇ ਇਹ ਜਿਹੜੀ ਇੰਨੀ ਮਹਿੰਗਾਈ ਹੋ ਗਈ ਹੈ ਉਸ ਸੰਬੰਧ 'ਚ ਦਿੱਤੇ ਗਏ ਨੇ। ਅਸੀਂ ਵੀ ਅੱਜ ਜ਼ਿਲ੍ਹਾ ਗੁਰਦਾਸਪੁਰ 'ਚ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਹੈ। ਦੇਖੋ ਇੰਨੀ ਮਹਿੰਗਾਈ ਹੋ ਗਈ ਕਿ ਆਮ ਬੰਦਾ ਜਿਹੜਾ ਹੈ ਉਹਦਾ ਜਿਉਣਾ ਬੜਾ ਔਖਾ ਹੋ ਗਿਆ ਹੈ। ਜਿਹੜਾ ਬੰਦਾ 400 ਰੁਪਏ ਦਿਹਾੜੀ ਲੈਂਦਾ ਹੈ ਉਹ ਤੁਸੀਂ ਦੇਖੋ ਕਿ ਕੀ ਖਾਂਦਾ ਹੋਏਗਾ, ਕੀ ਪਹਿਨੇਗਾ ਅਤੇ ਕੀ ਆਪਣੇ ਬੱਚਿਆਂ ਨੂੰ ਸਿੱਖਿਆ ਦੇਵੇਗਾ, ਕਿਤੇ ਬਿਮਾਰ ਹੋ ਜਾਵੇ ਤਾਂ ਕੀ ਦਵਾ ਦਾਰੂ ਕਰੇਗਾ। ਸੋ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਹੋ ਗਏ ਨੇ, ਅਸੀਂ ਸਮਝਦੇ ਹਾਂ ਕਿ ਇਹ ਹਾਲਾਤ ਜਿਹੜੇ ਇੰਨੀ ਮਹਿੰਗਾਈ ਹੋ ਗਈ ਹੈ ਇਹ ਦੋਵੇਂ ਹੀ ਸਰਕਾਰਾਂ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਹਦੇ ਲਈ ਜ਼ਿੰਮੇਵਾਰ ਹੈ। ਜਿੰਨੀ ਦੋਸ਼ੀ ਕੇਂਦਰ ਸਰਕਾਰ ਹੈ ਓਨੀ ਦੋਸ਼ੀ ਪੰਜਾਬ ਸਰਕਾਰ ਹੈ, ਕਿਉਂਕਿ ਪਿਛਲੇ 4.5 ਸਾਲਾਂ 'ਚ ਇਹ ਪੰਜਾਬ ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਨੇ ਕੈਪਟਨ ਅਮਰਿੰਦਰ ਸਿੰਘ ਉਹ ਆਪਣੇ ਮਹਿਲ 'ਚੋਂ ਬਾਹਰ ਹੀ ਨਹੀਂ ਨਿਕਲੇ। ਉਹਨਾਂ ਨੇ ਕਿਤੇ ਵੇਖਿਆ ਹੀ ਨਹੀਂ ਕਿ ਆਮ ਬੰਦੇ ਦਾ ਜਿਹੜਾ ਹੈ ਉਹ ਕਿਵੇਂ ਜ਼ਿੰਦਗੀ ਜੀਉ ਰਿਹਾ ਹੈ। ਤੁਸੀਂ ਬਿਜਲੀ ਦਾ ਹਾਲ ਵੇਖ ਲਓ, ਇਹ ਆਪਣੀਆਂ ਲੜਾਈਆਂ ਕਾਂਗਰਸ ਸਰਕਾਰ ਆਪਣੀ ਲੜਾਈ 'ਚ ਫਸੀ ਸੀ ਅਤੇ ਉੱਧਰ ਬਿਜਲੀ ਦਾ ਜੋ ਹਾਲ ਹੋਇਆ, ਇੰਡਸਟਰੀ ਸਾਰੀ ਬੰਦ ਹੋ ਗਈ ਹੈ, 80% ਤਾਂ ਪਹਿਲਾਂ ਹੀ ਬੰਦ ਸੀ, ਦੂਜੀ ਇਹਨਾਂ ਨੇ ਜਿਹੜੇ ਕੱਟ ਲਾਤੇ ਨੇ ਉਹਦੇ ਨਾਲ ਬੰਦ ਹੋ ਗਈ ਹੈ। ਤੁਸੀਂ ਆ ਪਿੱਛੇ ਵੇਖਿਆ ਕਿ ਪੰਜਾਬ ਦੇ ਜਿਹੜੇ ਲੁਧਿਆਣੇ ਦੇ ਇੰਡਸਟਰੀਸਟ ਸੀ ਉਹ ਯੂਪੀ ਜਾ ਕੇ ਉਹਨਾਂ ਨੇ ਉੱਥੋਂ ਦੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਕਿ ਅਸੀਂ ਇੱਥੋਂ ਇੰਡਸਟਰੀ ਜਿਹੜੀ ਉਹ ਸ਼ਿਫਟ ਕਰ ਦੇਣੀ ਹੈ। ਸੋ ਇਹੋ ਜਿਹੇ ਹਾਲਾਤ ਪੈਦਾ ਪੰਜਾਬ ਲਈ ਹੋ ਗਏ ਨੇ। ਬੱਚੇ ਤਾਂ ਸਾਡੇ ਪਹਿਲਾਂ ਹੀ ਜਿਹੜੇ ਆ ਉਹ ਬਾਹਰਲੇ ਮੁਲਕਾਂ ਜਾ ਰਹੇ ਨੇ ਅਤੇ ਜਿਹੜੀ ਇੰਡਸਟਰੀ ਹੈ ਉਹ ਦੂਸਰੇ ਮੁਲਕਾਂ ਜਾ ਰਹੀ ਹੈ, ਪਾਣੀ ਸਾਡਾ ਜਿਹੜਾ ਹੈ ਉਹ ਹੇਠਾਂ ਇੰਨਾ ਚਲੇ ਗਿਆ ਹੈ। ਇੱਕ ਜਿਹੜੀ ਤੁਸੀਂ ਉਹ ਗੱਲ ਕੀਤੀ ਹੈ ਵੀ 300 ਯੂਨਿਟ ਦੀ ਕੇਜਰੀਵਾਲ, ਇਹ ਵੇਖੋ ਇਹ ਮਾਫ਼ ਚੀਜ਼ਾਂ ਮਾਫ਼ ਨਾ ਕਰਨ, ਵੀ ਹਰ ਚੀਜ਼ ਮਾਫ਼, ਲੋਕ ਪੈਸੇ ਦੇਣ ਨੂੰ ਤਿਆਰ ਹੈ, ਲੋਕਾਂ ਨੂੰ ਬੱਚਿਆਂ ਨੂੰ ਰੁਜ਼ਗਾਰ ਦਿਉ, ਲੋਕਾਂ ਨੂੰ ਨੌਕਰੀਆਂ ਦਿਉ। ਵੇਖੋ ਹਰ ਸਾਲ ਲੱਖਾਂ ਬੱਚੇ ਜਿਹੜੇ ਆ ਉਹ ਡਿਗਰੀਆਂ ਲੈ ਕੇ ਅਤੇ ਤੁਰੇ ਫਿਰਦੇ ਆ, ਕੋਈ ਜਿਹੜਾ ਆਈਲੈਟਸ ਕਰ ਲੈਂਦਾ ਬਾਹਰ ਨੂੰ ਤੁਰ ਜਾਂਦਾ ਹੈ। ਨੌਕਰੀਆਂ ਕੈਪਟਨ ਸਰਕਾਰ ਨੇ ਆਖਿਆ ਸੀ ਕਿ ਅਸੀਂ ਨੌਕਰੀਆਂ ਦੇਵਾਂਗੇ, 20 ਲੱਖ ਨੌਕਰੀ ਦੇਵਾਂਗੇ। ਤੁਸੀਂ ਵੇਖ ਲਓ ਕਿ ਇਹਨਾਂ ਨੇ ਕੈਪਟਨ ਸਰਕਾਰ ਨੇ ਕੀ ਕੀਤਾ, ਘਰ ਘਰ ਨੌਕਰੀ ਦੇਵਾਂਗੇ, ਘਰ ਘਰ ਨੌਕਰੀ ਦਾ ਜਿਹੜਾ ਵਾਅਦਾ ਕੀਤਾ ਸੀ ਤੁਸੀਂ ਉਹ ਵੇਖ ਲਓ। ਲੋਕਾਂ ਨੂੰ ਸਰਕਾਰ ਬਣਾ ਕੇ 4.5 ਸਾਲ ਇਹਨੇ ਲੋਕਾਂ ਨੂੰ ਪੁੱਛਿਆ ਹੀ ਨਹੀਂ ਗਾ, ਹੁਣ ਫਿਰ ਕਿਤੇ ਮਾੜਾ ਜਿਹਾ ਬਾਹਰੋਂ ਨਿਕਲਿਆ। ਪਹਿਲਾਂ ਇਹਨੇ ਵੱਧ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਆਖਿਆ ਕਿ ਮੈਂ ਇਸ ਤੋਂ ਬਾਅਦ ਇਲੈਕਸ਼ਨ ਨਹੀਂ ਲੜਦੀ, ਮੈਂ ਚੀਫ ਮਿਨਿਸਟਰ ਨਹੀਂ ਇਸ ਤੋਂ ਬਾਅਦ ਬਣਨਾ, ਅਤੇ ਹੁਣ ਵੇਖ ਲਓ ਇਹਦਾ ਫਿਰ ਜੀ ਨਹੀਂ ਚੀਫ ਮਿਨਿਸਟਰੀ ਛੱਡਣ ਨੂੰ ਕਰਨ ਡਿਆ। ਸੰਯੁਕਤ ਅਕਾਲੀ ਦਲ ਸਾਫ਼ ਸੁਥਰੇ ਲੋਕਾਂ ਨੂੰ ਜਿਹੜਾ ਹੈ ਉਹ ਨਾਲ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਇੱਕ ਨਵਾਂ ਬਦਲਾਵ ਆਵੇ। ਪੰਜਾਬ ਦੇ ਜਿਹੜੇ ਲੋਕ ਨੇ, ਚੰਗੇ ਲੋਕਾਂ ਦਾ ਇੱਕ ਸਾਫ਼ ਸੁਥਰੇ ਲੋਕਾਂ ਦਾ ਇੱਕ ਕਾਫਲਾ ਜਿਹੜਾ ਹੈ ਉਹ ਬਣਾਉਣ ਲਈ ਅਸੀਂ ਯਤਨਸ਼ੀਲ ਹਾਂ। ਅੱਜ ਦਾ ਪ੍ਰੋਗਰਾਮ ਜਿਹੜਾ, ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਜੋ ਸਾਡੇ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦੀ ਸਰਪ੍ਰਸਤੀ ਹੇਠ ਸਾਰੇ ਪੰਜਾਬ 'ਚ ਜਿੰਨੇ ਡਿਸਟ੍ਰਿਕਟ ਹੈੱਡਕੁਆਟਰ ਨੇ ਉੱਥੇ ਦਿੱਤਾ ਗਿਆ, ਤਾਂ ਕਿ ਜੋ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੇ ਮਹਿੰਗਾਈ ਜਿਹੜੀ ਉਹ ਚਰਮ ਸੀਮਾ 'ਤੇ ਪਹੁੰਚਾਤੀ ਆ ਔਰ ਲੋਕਾਂ ਦਾ ਜਿਹੜਾ ਆਵਾਮ ਦਾ ਕਚੁੰਬਰ ਕੱਢ ਦਿੱਤਾ, ਉਹਦੇ ਖਿਲਾਫ਼ ਅੱਜ ਅਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ 'ਤੇ ਮੰਗ ਪੱਤਰ ਦਿੱਤਾ, ਤਾਂ ਕਿ ਆਵਾਜ਼ ਜਿਹੜੀ ਆ ਲੋਕਾਂ ਦਾ ਜਿਹੜਾ ਆਕਰੋਸ਼ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਵੇ ਕਿ ਲੋਕ ਇਸ ਮਹਿੰਗਾਈ ਕਰਕੇ ਕਿੰਨੇ ਔਖੇ ਨੇ, ਉਹਨਾਂ ਦਾ ਜੀਣਾ ਕਿੰਨਾ ਦੁਰਬਰ ਹੋ ਗਿਆ, ਉਹਨਾਂ ਦੀ ਜ਼ਿੰਦਗੀ ਕਿੰਨੀ ਔਖੀ ਕੱਟ ਰਹੀ ਹੈ। ਦੇਖੋ 22 ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਪ੍ਰਧਾਨ ਜੀ ਹੁਣਾਂ ਨੇ ਦੱਸਿਆ, ਅਸੀਂ ਮਿਹਨਤ ਕਰ ਰਹੇ ਹਾਂ ਕਿ ਆਪਣਾ ਕੇਡਰ ਬਿਲਡ ਕਰ ਰਹੇ ਹਾਂ ਔਰ ਪੰਜਾਬ 'ਚ ਲੋਕ ਜਿਹੜੇ ਆ ਉਹ ਚਾਹੁੰਦੇ ਨੇ ਕਿ ਬਦਲ ਆਵੇ, ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਬੜਾ ਲੰਬਾ ਸਮਾਂ ਪੰਜਾਬ 'ਤੇ ਰਾਜ ਕੀਤਾ ਔਰ ਅੱਜ ਪੰਜਾਬ 3 ਲੱਖ ਕਰੋੜ ਦੇ ਕਰੀਬ ਕਰਜ਼ੇ 'ਤੇ ਪਹੁੰਚ ਗਿਆ ਔਰ ਉਹੀ ਮਾਫੀਆ ਉਹੀ ਸਭ ਕੁਛ, ਸਰਕਾਰਾਂ ਭਾਵਾਂ ਕੋਈ ਆ ਜਾਵੇ ਉਹੀ ਚੱਲੀ ਜਾਂਦਾ। ਸੋ ਇਹ ਲੋੜ ਆ ਕਿ ਚੰਗੇ ਲੋਕ, ਚੰਗੇ ਨੁਮਾਇੰਦੇ, ਸਾਫ਼ ਸੁਥਰੇ, ਚੰਗੀ ਦੇਖ ਵਾਲੇ
और चंगियां जिहड़ियां पार्टियां ने चंगी सोच वालियां उह इकट्ठियां हो के तीजा मोर्चा बनाउण एक स्ट्रोंग बने और बड़ा वड्डा लोकां च एक वैक्यूम आ चेंज दा और किसानी भी बड़ी वड्डा एक फैक्टर होण जा रहा इलैक्शन च किसान भी अपना रोल अदा करन और वधिया ढंग नाल जिहड़ा वा पंजाब नूं एक को नवां बदल मिले। गुरदासपुर तो पत्रकार सतविंदर सिंह की रिपोर्ट।